ਸਤਿ ਸ਼੍ਰੀ ਅਕਾਲ ਦੋਸਤੋ ਮਾਝਾ ਮਲਵਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਔਰਤ ਦਿਵਸ ਤੇ ਇੱਕ ਵਿਸ਼ੇਸ਼ ਲੇਖ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਸ ਤੋਂ ਪਹਿਲਾਂ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਿਓ ਕਿਉਂਕਿ ਅਜਿਹੀਆਂ ਵੀਡੀਓਜ਼ ਅਸੀਂ ਤੋੜਲੀ ਲੈ ਕੇ ਆਂਦੇ ਹੀ ਰਵਾਂਗੇ ਤੇ ਸ਼ੁਰੂ ਕਰਦੇ ਹਾਂ ਗੌਰ ਕਰਿਓ ਭਾਵੇਂ ਅੱਜ ਪੂਰਾ ਵਿਸ਼ਵ ਕੋ ਮੰਤਰੀ ਨਾਰੀ ਦਿਵਸ ਮਨਾ ਰਿਹਾ ਹੈ ਪਰ ਸਿੱਖ ਧਰਮ ਵਿੱਚ ਨਾਰੀ ਨੂੰ ਬਰਾਬਰਤਾ ਦੇ ਹੱਕ ਪਹਿਲੀ ਪਾਤਸ਼ਾਹੀ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੀਂ ਜੋਤ ਤਾਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ ਦਿੱਤੇ ਸਨ ਪਹਿਲੀ ਸਿੱਖ ਹੋਣ ਦਾ ਮਾਣ ਬੀਬੇ ਨਾਨਕੀ ਜੀ ਨੂੰ ਪ੍ਰਾਪਤ ਹੋਇਆ ਹੈ ਬੀਬੀ ਖੀਵੀ ਬੀਬੀ ਪਾਣੀ ਜੀ ਮਾਤਾ ਸੁਲਖਣੀ ਜੀ ਮਾਤਾ ਗੰਗਾ ਜੀ ਮਾਤਾ ਗੁਜਰੀ ਜੀ ਮਾਤਾ ਸੁੰਦਰੀ ਜੀ ਮਾਤਾ ਜੀਤੋ ਜੀ ਤੇ ਖਾਲਸਾਪਨ ਦੀ ਮਾਤਾ ਹੋਣ ਦਾ ਉੱਤਮ ਦਰਜਾ ਪਾਉਣ ਵਾਲੀ ਮਾਤਾ ਸਾਹਿਬਕੌਰ ਮਾਈ ਭਾਗੋ ਬੀਬੀ ਰਜਨੀ ਸਦਾਕੌਰ ਮਹਾਰਾਣੀ ਜਿੰਦਕੌਰ ਅਤੇ ਅਨੇਕ ਐਸੀਆਂ ਔਰਤਾਂ ਜਿਨ੍ਹਾਂ ਨੇ ਸਮੇਂ-ਸਮੇਂ ਤੇ ਯੋਗ ਅਗਵਾਈ ਤੇ ਕੁਰਬਾਨੀ ਦੀ ਮਿਸਾਲ ਪੈਦਾ ਕੀਤੀ ਔਰਤ ਨੂੰ ਜਗ ਜੰਨੀ ਦਾ ਦਰਜਾ ਉਂਝ ਹੀ ਨਹੀਂ ਮਿਲਿਆ ਬਲਕਿ ਪਹਿਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ صدਕਾ ਮਿਲਿਆ ਜਿਨ੍ਹਾਂ ਨੇ ਔਰਤ ਨੂੰ ਸੋਕਿਓ ਮੰਦਾ ਆਖੀਏ ਜਿੱਤ ਜਮੇ ਰਾਜਾਨ ਕਹਿ ਕੇ ਔਰਤ ਦੀ ਵਡਿਆਈ ਕਰਦਿਆਂ ਮਰਦ ਪ੍ਰਧਾਨ ਸਮਾਜ ਨੂੰ ਸੁਮਤ ਦੀ ਬਖਸ਼ ਕੀਤੀ ਉਹਨੇ ਆਪਣੀ ਬਾਣੀ ਚ ਇਹ ਵਢਾਈ ਦੀ ਬਖਸ਼ਿਸ਼ ਕਰਦੀ ਆ ਕਿ ਆ ਹੈ ਕਿ ਉਸ ਔਰਤ ਨੂੰ ਮੰਦਾ ਕਿਉਂ ਕਿਹਾ ਜਾਵੇ ਜਿਸ ਨੇ ਵੱਡੇ ਵੱਡੇ ਪੀਰਾ ਪੈਗੰਬਰਾਂ ਰਾਜੀਆਂ ਯੋਧਿਆਂ ਸੂਰਬੀਰਾਂ ਨੂੰ ਜਨਮ ਦਿੱਤਾ ਇਤਿਹਾਸ ਦੇ ਵਰਕਿਆਂ ਨੂੰ ਫਰੋਲੀਏ ਤਾਂ ਬਹੁਤ ਸਾਰੀਆਂ ਅਜੀਹੀਆਂ ਮਿਸਾਲਾਂ ਮਿਲ ਜਾਣਗੀਆਂ ਜਿੱਥੇ ਔਰਤਾਂ ਨੇ ਵੱਧ ਚੜ ਕੇ ਯੋਗਦਾਨ ਪਾਇਆ ਮਾਤਾ ਖੀਵੀ ਜੀ ਦੇ ਨਾਮ ਤੇ ਖਡੂਰ ਸਾਹਿਬ ਲੰਗਰ ਚੱਲਦਾ ਹੈ ਪੱਟੇ ਦੇ ਰਾਜੇ ਨੇ ਇਹ ਸੋਚ ਰਜਨੀ ਨੂੰ ਕੋਹੜੀ ਦੇ ਲੜ ਲਗਾ ਦਿੱਤਾ ਕਿ ਮੈਂ ਦੇਖਦਾ ਹਾਂ ਇਸ ਦਾ ਕਿਹੜਾ ਰੱਬ ਹੈ ਜੋ ਇਸ ਨੂੰ ਰਿਜਜਕ ਦੇਵੇਗਾ ਪ੍ਰਸਿੱਧਕੀ ਤੇ ਸਿਰੜੀ ਬੀਬੀ ਰਜਨੀ ਨੇ ਪਤੀ ਦੀ ਸੇਵਾ ਕਰਦੇ ਆ ਸਭ ਬਖਸ਼ੀਸ਼ਾਂ ਪਾਈਆਂ ਮਿਸਾਲ ਵੱਜੋ ਮਾਤਾ ਗੁਜਰੀ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਸਤਿਗੁਰੂ ਦਾ ਸ਼ੁਕਰਾਨਾ ਕੀਤਾ ਮੀਰ ਮਨੂ ਦੇ ਤਸੀਹੇ ਸਹੰਦੇ ਆ ਸਵਾ ਸਵਾ ਮਣ ਦੇ ਪੀਸਣੇ ਪੀਸ ਆਪਣੇ ਲਾਲਾਂ ਦੇ ਟੋਟੇ ਕਰਾ ਗਲਾਂ 'ਚ ਹਾਰ ਪੁਆਏ ਪਰ ਸਿੱਧਕੋ ਨਹੀਂ ਡੋਲੀਆਂ ਮਾਈ ਭਾਗੋ ਨੇ ਜੋ ਸਿੰਘ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਉਹਨਾਂ ਸਿੱਖਾਂ ਦੇ ਮੂਰੇ ਲੱਗ ਮੁਗਲ ਫੌਜਾਂ ਨੂੰ ਪਾਜੜਾ ਪਾ ਦਿੱਤੀਆਂ ਖਾਲਸਾ ਰਾਜ ਦੇ ਅਖੀਰਲੇ ਵਾਰ ਮਹਾਰਾਜਾ ਗਦਲਿਪ ਸਿੰਘ ਦੀ ਅਣਖੀਲੀ ਮਾਤਾ ਮਹਾਰਾਣੀ ਜਿੰਦਕੌਰ ਨੇ ਓਨੀ ਦੇਰ ਸੁਵਾਸ ਨਹੀਂ ਛੱਡੇ ਜਿੰਨੀ ਦੇਰ ਉਹਨਾ ਆਪਣੇ ਪੁੱਤਰ ਨੂੰ ਸਿੱਖੀ ਸਰੂਪ ਵਿੱਚ ਨਹੀਂ ਦੇਖ ਲਿਆ ਗੁਰੂ ਸਾਹਿਬਾਨ ਨੇ ਗੁਰਬਾਣੀ ਵਿੱਚ ਔਰਤ ਨੂੰ ਮਾਂ ਭੈਣ ਪਤਨੀ ਪੁੱਤਰੀ ਦੇ ਰੂਪ ਵਿੱਚ ਔਰਤ ਨੂੰ ਨਾਰੀ ਸ਼ਕਤੀ ਵਜੋਂ ਜਾਣਿਆ ਹੈ ਗੁਰੂ ਨਾਨਕ ਦੇਵ ਜੀ ਦੇ ਪਤਨੀ ਮਾਦਾ ਸੁਲਖਣੀ ਨੇ 14 ਸਾਲ ਦੀਆਂ ਉਦਾਸੀਆਂ ਦੌਰਾਨ ਘਰ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਈ ਪੁਰਾਣੇ ਸਮਿਆਂ ਵਿੱਚ ਔਰਤਾਂ ਦੀ ਦਸ਼ਾ ਬਹੁਤ ਚੰਗੀ ਨਹੀਂ ਸੀ ਇਹਨਾਂ ਨੂੰ ਦਾਸੀਆਂ ਬਣਾ ਕੇ ਰਜਵਾਲੇ ਲੋਕ ਰੱਖਦੇ ਸਨ ਜਿਸ ਔਰਤ ਦਾ ਪਤੀ ਮਰ ਜਾਂਦਾ ਸੀ ਉਸ ਨੂੰ ਉਸੇ ਚਿਖਾ ਵਿੱਚ ਪਾ ਦਿੱਤਾ ਜਾਂਦਾ ਸੀ ਤੈਸ ਨੂੰ ਸਤੀ ਪ੍ਰਥਾ ਕਿਹਾ ਜਾਂਦਾ ਸੀ ਔਰਤਾਂ ਨੂੰ ਘਰੋਂ ਬਾਹਰ ਨਿਕਲਣ ਨਹੀਂ ਸੀ ਦਿੱਤਾ ਜਾਂਦਾ ਇਸ ਦੇ ਵਿਰੋਧ ਵਿੱਚ ਗੁਰੂ ਅਮਰਦਾਸ ਜੀ ਨੇ ਆਵਾਜ਼ ਉਠਾਈ ਉਹਨਾਂ ਨੇ ਕਿਹਾ ਸਤੀ ਉਹ ਨਹੀਂ ਜੋ ਪਤੀ ਦੇ ਨਾਲ ਚਿਤਾ ਵਿੱਚ ਸੜ ਕੇ ਜਾਵੇ ਅਸਲ ਸਤੀ ਉਹ ਹੈ ਜੋ ਉਹਦੇ ਵਿਛੋੜੇ 'ਚ ਰਹਿ ਕੇ ਜਿਉਂਦੀ ਰਹੇ ਸਿੱਖ ਧਰਮ ਵਿੱਚ ਔਰਤ ਨੂੰ ਸਤਿਕਾਰਿਆ ਗਿਆ ਹੈ ਦੁਨੀਆ ਦੇ ਕਿਸੇ ਧਰਮ ਜਾਂ ਸਮਾਜ ਵਿੱਚ ਇਸਤਰੀ ਨੂੰ ਇੰਨਾ ਮਾਨ ਸਨਮਾਨ ਹਾਸਿਲ ਨਹੀਂ ਹੋਇਆ ਜਿੰਨਾ ਸਿੱਖ ਧਰਮ ਵਿੱਚ ਦਿੱਤਾ ਗਿਆ ਹੈ ਪਰ ਅਜੋਕੇ ਯੁੱਗ ਵਿੱਚ ਦੁਨੀਆ ਦੇ ਕਿਸੇ ਧਰਮ ਜਿੰਨ ਸਮਾਜ ਵਿੱਚ ਇਸਤਰੀ ਨੂੰ ਇੰਨਾ ਮਾਨ ਸਨਮਾਨ ਹਾਸਿਲ ਨਹੀਂ ਹੋਇਆ ਜਿੰਨਾ ਸਿੱਖ ਧਰਮ ਵਿੱਚ ਦਿੱਤਾ ਗਿਆ ਹੈ ਪਰ ਅਜੋਕੇ ਯੁੱਗ ਵਿੱਚ ਭਾਵੇਂ ਔਰਤ ਸਾਖਰ ਹੋ ਗਈ ਹੈ ਪਰ ਦਿਨ ਬਦ ਦਿਨ ਹੋ ਰਹੀਆਂ ਕਟਨਾਵਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਔਰਤ ਕੁੱਟ-ਕੁੱਟ ਕੇ ਮਰ ਰਹੀ ਹੈ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਭਾਵੇਂ ਸਟੇਜਾਂ 'ਤੇ ਚੀਖ-ਚੀਖ ਕੇ ਕਿਹਾ ਜਾ ਰਿਹਾ ਹੈ ਕਿ ਅਜੋਕੀ ਔਰਤ ਆਜ਼ਾਦ ਹੈ ਪਰ ਜ਼ਮੀਨੀ ਪੱਧਰ ਤੇ ਦੇਖਿਆ ਜਾਵੇ ਤਾਂ ਅੱਜ ਵੀ ਔਰਤ ਦਾ ਸ਼ੋਸ਼ਣ ਹੋ ਰਿਹਾ ਹੈ ਕਰੇਲੂ ਇਨਸਾਨਾ ਸ਼ਿਕਾਰ ਹੋ ਅੱਜ ਵੀ ਹੋ ਰਹੀ ਹੈ ਕੰਮਕਾਜੀ ਔਰਤ ਦੋਹਰੀ ਮਾਰ ਚੱਲ ਰਹੀ ਹੈ ਸਾਡੀਆਂ ਬੱਚੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ ਕੀ ਸਕੂਲ ਵੈਨ ਕੀ ਸਕੂਲ ਕੀ ਮੰਦਿਰ ਕੀ ਮਸਜਿਦ ਹਰ ਜਗ੍ਹਾ ਹੈਵਾਨੀਅਤ ਦਾ ਨੰਗਾ ਨਾਚ ਹੋ ਰਿਹਾ ਹੈ ਚਾਹੇ ਔਰਤ ਪੜ੍ਹ ਲਿਖ ਕੇ ਭਾਵੇਂ ਉੱਚ ਅਹੁਦੇ ਤੇ ਪਹੁੰਚ ਜਾਂਦੀ ਹੈ ਪਰ ਹਵਸੀ ਦਰਿੰਦੇ ਉਹਨੂੰ ਵੀ ਨਹੀਂ ਬਖਸ਼ਦੇ ਪਿਛਲੇ 4-5 ਸਾਲ ਤੋਂ ਲਗਾਤਾਰ ਅਜੀਹਿਆ ਕਿਨ ਹੋਣੀਆਂ ਵਾਰਦਾਤਾ ਵਾਪਰੀਆਂ ਹਨ ਜਿਨ੍ਹਾਂ ਨੇ ਦਿਲ ਦਹਿਲਾ ਦਿੱਤਾ ਹੈ ਦੋਸਤੋ ਇਹ ਖੂਬਸੂਰਤ ਸਦਰਾਂ ਨਿਰਮਲ ਕੋਰ ਕੋਟਲਾ ਦੀ ਕਲਮ ਤੋਂ ਲਿਖੀਆਂ ਗਈਆਂ ਹਨ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਸਾਡੇ ਚੈਨਲ ਮਾਝਾ ਮਾਲਵਾ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ